ਕੋਈ ਸਮਝ ਨਹੀਂ ਆਈ ਸਾਨੂੰ ਵੀ ਇਸ ਚੀਜ਼ ਦੀ ਵੀ ਕੀ ਚੱਕਰ ਹੈ, ਕੀ ਬਾਤ ਹੈ। ਕੋਈ ਐਡੇ ਸ਼ਾਹੂਕਾਰ ਵੀ ਨਹੀਂ, ਅਸੀਂ ਇਹ ਤਾਂ ਚਲੋ ਮੰਨਦੇ ਵੱਡੇ ਘਰਾਂ ਦੇ ਵਿੱਚ ਰੇਟਾਂ ਪੈਂਦੀਆਂ ਤਾਂ ਸੁਣੀਆਂ, ਠੀਕ ਹੈ, ਤਗੜੇ ਤਗੜਿਆਂ ਦੇ। ਅੱਜ ਪਹਿਲੀ ਵਾਰ ਦੇਖਿਆ ਵੀ ਸਾਡੇ ਆਮ ਬੰਦੇ ਦੇ ਘਰੇ ਵੀ ਰੇਟ ਪੈ ਚੁੱਕੀ ਹੈ, ਠੀਕ ਹੈ, ਨਿਕਲਿਆ ਕੱਖ ਨਹੀਂ, ਪਰ ਕਲਿਆਰ ਕੇ ਕੇ ਚੀਜ਼ ਗਏ ਹੈ, ਠੀਕ ਹੈ। ਪਰ ਇਸ ਵੇਲੇ ਆਪਾਂ ਨਹੀਂ ਕਹਿ ਸਕਦੇ ਮੁਲਾਜ਼ਮ ਨੇ ਕੋਈ ਵੀ ਆਪਣੇ ਨਾਲ ਗਲਤ ਕੀਤੀ, ਬਦਤਮੀਜ਼ੀ ਕੀਤੀ ਜਾਂ ਗਲਤ ਬੋਲੇ ਜਾਂ ਲੇਡੀਜ਼ ਕੰਸਟੇਬਲ ਨਾਲ ਸਾਰੇ ਸੀਗੇ, ਵੀ ਕੋਈ ਇਹੋ ਜਿਹੀ ਗੱਲ ਨਹੀਂ ਹੋਈ ਹੈ। ਬਿਲਕੁਲ ਉਹਨਾਂ ਨੇ ਜਿਵੇਂ ਅਸੀਂ ਚੱਲੇ ਉਵੇਂ ਚੱਲੇ ਹੈ, ਠੀਕ ਹੈ, ਕੋਈ ਇਹੋ ਜਿਹੀ ਗੱਲ ਨਹੀਂ ਹੋਈ ਹੈ। ਮਿਲਿਆ ਕੱਖ ਵੀ ਨਹੀਂ ਉਹਨਾਂ ਨੂੰ ਕਿਸ ਚੀਜ਼ ਦਾ ਵੀ, ਠੀਕ ਹੈ, ਕੋਈ ਪ੍ਰੋਬਲਮ ਨਹੀਂ ਆਈ ਕਿਸ ਚੀਜ਼ ਦੀ। ਬਸ ਸਾਨੂੰ ਇੰਨਾ ਵੀ ਇੱਕ ਵਾਰੀ ਕਹਿਤਾ ਵੀ 6 ਤਰੀਕ ਨੂੰ ਆਪਣਾ ਸੋਮਵਾਰ ਨੂੰ ਇੱਕ ਵਾਰੀ ਜਾਣਾ ਉੱਥੇ, ਅਜੀ ਲਵਾ ਕੇ ਆਉਣੀ, ਕੋਈ ਮਾੜੀ ਮੋਟੀ ਇਹਨਾਂ ਦੀ ਪਿੱਛ ਪਿੱਛ ਹੁੰਦੀ ਹੈ। ਬਸ ਮੈਨੂੰ ਇਕੱਲਾ ਇਹਨਾਂ ਨੇ ਇਹ ਗੱਲ ਕਹੀ, ਉਹਦੀ ਸਮਝ ਨਹੀਂ ਆਈ ਵੀ ਆਹ ਬਰਨਾਲੇ ਇਹਨਾਂ ਦਾ ਕੋਈ ਕਾਂਡ ਹੋਇਆ ਆਪਣਾ 23/12/2023 ਨੂੰ, ਵੀ ਉੱਥੇ ਤੇਰੀ ਲੋਕੇਸ਼ਨ ਹੈ ਤੇਰੀ ਵੈਸੇ ਹੈ। ਮੈਂ ਫਿਰ ਮੇਰੇ ਕੋਲ ਸਬੂਤ ਸਾਰੇ ਪਏ ਹੈ, ਉਸ ਨੂੰ ਮੈਂ ਦੇ ਦੂੰਗਾ ਸਬੂਤ, ਤੁਸੀਂ ਲਾਉਣੇ ਸਬੂਤ ਲਾ ਸਕਦੇ ਹੋ, ਠੀਕ ਹੈ ਨਾ। ਵੀ ਮੈਂ ਡੇਢੀ ਡੇਢ ਦੇ ਉੱਤੇ ਇਹਨਾਂ ਨੇ ਮੈਨੂੰ ਕਿਹਾ ਵੀ ਤੂੰ ਉੱਥੇ ਹੈ, ਵੀ ਫਿਰ ਮੈਨੂੰ ਕਹਿੰਦੇ ਕਿਸਾਨ ਜਥੇਬੰਦੀਆਂ ਦੇ ਵਿੱਚ ਵੀ ਬੇਟਾ ਵੀ ਜਾਂਦਾ ਹੈ ਤੇ ਤੂੰ ਵੀ ਜਾਂਦਾ ਹੈ। ਮੈਂ ਕਿਹਾ ਜਦੋਂ ਹੈ ਹੀ ਕਿਸਾਨਾਂ ਦੇ ਪੁੱਤ ਹੈ, ਬੇਚਕ ਜ਼ਮੀਨ ਥੋੜ੍ਹੀ ਹੈ ਵੱਧ ਹੈ, ਜਦੋਂ ਹੈ ਹੀ ਕਿਸਾਨਾਂ ਦੇ ਪੁੱਤ ਹੈ, ਬੇਚਕ ਥੋੜ੍ਹੀ ਹੈ ਵੱਧ ਹੀ ਹੈ, ਉਹਦੀ ਕੋਈ ਵੱਡੀ ਗੱਲ ਨਹੀਂ ਹੈ। ਜ਼ਮੀਨਾਂ ਵਾਲਿਆਂ ਦੀ ਗੱਲ ਨਹੀਂ ਹੁੰਦੀ, ਜ਼ਮੀਰ ਵਾਲਿਆਂ ਦੀ ਹੁੰਦੀ ਹੈ, ਤਾਂ ਉਹਨੇ ਮੇਰੇ ਦਫ਼ਤਰ ਦੇ ਬਾਹਰ ਦੇ ਮੂਹਰੇ ਵੇਚੇ ਆ ਕਿਸਾਨ, ਠੀਕ ਹੈ। ਅਸੀਂ ਹੁਣ ਕੱਲ੍ਹ ਲੰਗਰ ਲਾਉਣ ਜਾ ਰਹੇ ਉਹਨਾਂ ਵਾਸਤੇ, ਰੇਟਾਂ ਦਾ ਸਾਰੇ ਸਮਾਨਾਂ ਦਾ, ਜਿੰਨੀ ਮਦਦ ਹੋਈ ਕਰਾਂਗੇ ਕਿਸਾਨਾਂ ਦੇ ਨਾਲ ਖੜੇ ਹਾਂ ਅਸੀਂ, ਸਾਨੂੰ ਕੋਈ ਚੱਕਰ ਨਹੀਂ, ਅਸੀਂ ਆਹ ਸਹੀ ਹੈ, ਠੀਕ ਹੈ, ਗਲਤ ਨਹੀਂ, ਕੋਈ 2 ਨੰਬਰ ਦਾ ਧੰਦਾ ਨਹੀਂ ਕਰਦੇ, ਠੀਕ ਹੈ। ਇੱਕ ਜੇ ਉਹਨੇ ਕਦੇ ਵੀ ਆਪਣੇ ਹੁਣ ਨਾਲ ਬੈਠੇ, ਆਪਣੇ ਪਿੰਡ ਦੇ ਬੈਠੇ ਆ, ਮੁਤਵਾਰੀ ਆ ਬੰਦੇ ਆ ਆਪਣੇ ਸਾਰੇ ਜਿੰਨੇ ਵੀ ਬੈਠੇ ਆ, ਜਿਵੇਂ ਜਿਵੇਂ ਅਗਲੇ ਨੂੰ ਪਤਾ ਲੱਗਦਾ ਨਹੀਂ ਦੀ ਕੋਈ ਛੋਟੀ ਰੇਟ ਨਹੀਂ ਹੁੰਦੀ, ਇਹ ਆਪੇ ਮੰਨਦਾ। ਮੈਂ ਪਹਿਲੀ ਵਾਰ ਦੇਖੀ ਹੈ ਜਾਂ ਨਹੀਂ ਦੀ ਰੇਟ ਆ, ਮੈਂ ਤਾਂ ਨਾ ਹੀ ਸੁਣੀ ਸੀ ਇਹਨਾਂ ਦੀ, ਸਹੀ ਗੱਲ ਦੱਸਦਾ ਤੁਹਾਨੂੰ, ਠੀਕ ਹੈ। ਪਹਿਲਾਂ ਵੀ 1-2 ਵਾਰੀ ਦੇਖਿਆ ਵੀ ਇਹਨਾਂ ਨੇ ਕੀਤੀਆਂ, ਪਰ ਅੱਜ ਪਤਾ ਲੱਗ ਗਿਆ। ਪਰ ਨਹੀਂ ਇਹ ਇਹ ਕਹਿ ਸਕਦੇ ਹਾਂ ਵੀ ਆਮ ਪੁਲਿਸ, ਪੰਜਾਬ ਪੁਲਿਸ ਵੀ ਨਾਲ ਸੀਗੀ ਵਿਚਾਰੇ, ਉਹ ਵੀ ਕੁਛ ਨਹੀਂ ਬੋਲੇ, ਬਾਹਰੀ ਰਹੇ ਹੈ। ਉਹ ਆਪ ਵੀ ਮੁਲਾਜ਼ਮ ਸੀ, ਠੀਕ ਹੈ। ਉਹਨਾਂ ਨੇ ਵੀ ਕੋਈ ਮਿਸਬਿਹੇਵ ਨਹੀਂ ਕੀਤਾ ਆਪਣੇ ਨਾਲ, ਠੀਕ ਹੈ, ਕੋਈ ਪ੍ਰੋਬਲਮ ਨਹੀਂ ਆਈ, ਕੋਈ ਦਿੱਕਤ ਨਹੀਂ ਆਈ, ਫੈਮਿਲੀ ਵੀ ਸਾਰੀ ਨਾਲ ਸੀ, ਠੀਕ ਹੈ। ਤੇ ਆਪਾਂ ਤਾਂ ਇਹ ਕਹਿਣਾ ਚਾਹਾਂਗੇ ਵੀ ਇੱਕ ਜੇ ਵਾਰ ਵਾਰ ਸਾਡੇ ਤੋਂ ਪੁੱਛਦੇ ਵੀ ਕਿਸਾਨ ਜਥੇਵਾਰੀਆਂ ਵਾਰੀ ਪੁੱਛਦੇ ਵੀ ਆਹ ਕਹਾਣੀ ਕੀ ਬਾਤ ਹੈ, ਵੀ ਚੱਲ ਬੰਦਾ ਜਾ ਵੀ ਵੜੂਗਾ, ਉਹਨਾਂ ਨੂੰ ਦਿੱਕਤ ਵੀ ਕੀ ਹੈ,